ਹੰਗਾਮਾ ਇਸ ਕਰਕੇ ਹੋ ਰਿਹਾ ਕਿਉਂਕਿ ਹੁਣ ਇੱਕ ਪੂਰੇ ਮਾਮਲੇ ਦੇ ਵਿੱਚ ਨਵਾਂ ਮੋੜ ਸਾਹਮਣੇ ਆਇਆ, ਕਿਉਂਕਿ ਪਰਸੋਂ ਵੀ ਅਸੀਂ ਉਸ ਅਸੀਂ ਜਿਹੜੀ ਕਹਿ ਸਕਦੇ ਕਿ ਮੰਦਭਾਗੀ ਮਾਂ ਜਿਸਦਾ ਇੱਕ 3 ਸਾਲ ਦਾ ਬੱਚਾ ਜਿਸ ਨੂੰ ਬੇਰਹਿਮੀ ਦੇ ਨਾਲ ਕਤਲ ਕੀਤਾ ਗਿਆ, ਤਾਂ ਉਸਦੀ ਜਿਹੜੀ ਵੱਡੀ ਭੈਣ ਹੈ ਉਹਨਾਂ ਦੇ ਨਾਲ ਅਸੀਂ ਉਸ ਦਿਨ ਵੀ ਗੱਲਬਾਤ ਕੀਤੀ ਸੀ, ਪਰ ਅੱਜ ਵੀ ਪੂਰਾ ਜਿਹੜਾ ਪੇਕਾ ਪਰਿਵਾਰ ਹੈ ਇੱਥੇ ਪਹੁੰਚਿਆ ਹੋਇਆ ਹੈ। ਤਾਂ ਹੁਣ ਇੱਕ ਨਵਾਂ ਮੋੜ ਜਿਹੜਾ ਇਸ ਮਾਮਲੇ ਦੇ ਵਿੱਚ ਇਹ ਆਇਆ ਕਿ ਅੰਮ੍ਰਿਤਪਾਲ ਸਿੰਘ ਦੇ ਬਾਰੇ ਜਿਹੜੀ ਗੱਲ ਕਹੀ ਜਾ ਰਹੀ ਹੈ ਕਿ ਉਹ ਨਸ਼ੇ ਦਾ ਆਦੀ ਸੀ, ਤਾਂ ਨਸ਼ੇ ਵਾਲੇ ਐਂਗਲ ਨੂੰ ਪਿੱਛੇ ਛੱਡ ਕੇ ਉਹਨਾਂ ਦਾ ਕਹਿਣਾ ਹੈ ਕਿ ਜਾਂਚ ਜਿਹੜੀ ਹੈ ਉਹ ਇਸ ਐਂਗਲ ਤੋਂ ਕੀਤੀ ਜਾਵੇ ਕਿ ਉਸਦਾ ਆਪਣੀ ਪਤਨੀ ਦੇ ਨਾਲ ਕਿਸੇ ਗੱਲ ਨੂੰ ਲੈ ਕੇ ਝਗੜਾ ਰਹਿੰਦਾ ਸੀ, ਦੋ ਧੀਆਂ ਜਿਹੜੀਆਂ ਨੇ ਉਹ ਵੀ ਕਿਤੇ ਨਾ ਕਿਤੇ ਇਸ ਵਿਵਾਦ ਦਾ ਕਾਰਨ ਹੋ ਸਕਦੀਆਂ ਨੇ। ਤਾਂ ਫਿਲਹਾਲ ਪਰਿਵਾਰ ਦੇ ਨਾਲ ਮੈਂ ਗੱਲਬਾਤ ਵੀ ਕਰਦਾ, ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਬਹੁਤ ਹੀ ਦੁੱਖ ਵਾਲੀਆਂ ਨੇ, ਦੁੱਖ ਭਰੀਆਂ ਤਸਵੀਰਾਂ ਨੇ। ਪੂਰਾ ਪਰਿਵਾਰ ਪਰਸੋਂ ਤੋਂ ਹੀ ਗਮ ਦੇ ਵਿੱਚ ਡੁੱਬਿਆ ਹੋਇਆ। ਤਾਂ ਜਿਹੜੀਆਂ ਭੈਣਾਂ ਉਹਨਾਂ ਦੀਆਂ ਇਸ ਵੇਲੇ ਗੱਲਬਾਤ ਕਰ ਰਹੀਆਂ ਨੇ, ਉਹਨਾਂ ਨੇ ਦਰਅਸਲ ਆਪਣੀ ਛੋਟੀ ਭੈਣ ਨੂੰ ਵੀ ਧੀਆਂ ਦੇ ਵਾਂਗ ਹੀ ਪਾਲਿਆ ਸੀ ਔਰ ਆਪਣੀ ਛੋਟੀ ਭੈਣ ਦੇ ਬੇਟੇ ਨੂੰ ਇੱਕ ਚੰਗਾ ਉਸਦਾ ਭਵਿੱਖ ਦੇਖਦਿਆਂ ਹੋਇਆ ਚੰਗੇ ਸਕੂਲ ਦੇ ਵਿੱਚ ਐਡਮਿਸ਼ਨ ਕਰਵਾਈ ਸੀ, ਪਰ ਸ਼ਾਇਦ ਇਹੀ ਚੀਜ਼ਾਂ ਜਿਹੜੀਆਂ ਉਸ ਨੂੰ ਚੰਗੀਆਂ ਨਹੀਂ ਸੀ ਲੱਗਦੀਆਂ। ਤਾਂ ਪਰਸੋਂ ਅੰਮ੍ਰਿਤਪਾਲ ਸਿੰਘ ਦੀ ਪਤਨੀ ਇੱਥੇ ਪਹੁੰਚੀ ਸੀ, ਪਰ ਪਰਿਵਾਰ ਦਾ ਕਹਿਣਾ ਕਿ ਉਸਦੇ ਕੋਲੋਂ ਵੀ ਪੁੱਛਗਿੱਛ ਕੀਤੀ ਜਾਣੀ ਚਾਹੀਦੀ ਹੈ, ਉਹਨਾਂ ਦੇ ਪਰਿਵਾਰਕ ਮੈਂਬਰ ਔਰ ਜਿਹੜੀ ਵੱਡੀ ਭੈਣ ਹੈ ਉਹ ਸਾਡੇ ਨਾਲ ਨੇ। ਭੈਣ ਜੀ, ਅਸੀਂ ਉਸ ਦਿਨ ਵੀ ਤੁਹਾਡੀ ਸਿਸਟਰ ਨਾਲ ਗੱਲਬਾਤ ਕੀਤੀ ਸੀ, ਤੁਸੀਂ ਆਪਣੀ ਭੈਣ ਨੂੰ ਆਪਣੀਆਂ ਧੀਆਂ ਦੇ ਵਾਂਗ ਪਾਲਿਆ ਔਰ ਆਪਣੀ ਧੀ ਦਾ ਜਿਹੜਾ ਪੁੱਤ ਹੈ ਤੁਹਾਡਾ, ਦੋਹਤਾ ਅਸੀਂ ਕਹਿ ਸਕਦੇ ਹਾਂ, ਉਹਦਾ ਚੰਗਾ ਭਵਿੱਖ ਦੇਖਿਆ ਸੀ, ਪਰ ਸਾਰੀ ਕੀਤੀ ਕਿਰਾਏ 'ਤੇ ਇਸ ਸ਼ਖਸ ਨੇ ਪਾਣੀ ਫੇਰਤਾ। ਹੁਣ ਮੰਗ ਕੀ ਕਰ ਰਹੇ ਹੋ ਵੀਰ ਜੀ? ਅਸੀਂ ਉਦਣ ਵੀ ਇਹੀ ਮੰਗ ਕਰਦੇ ਹਾਂ ਕਿ ਉਹ ਦੱਸੋ, ਸਰਕਾਰ ਆ, ਸਰਕਾਰ ਕੋਲ ਇੰਨੀ ਟੈਕਨੋਲੋਜੀ ਆ ਕਿ ਸਰਕਾਰ ਨੇ ਇੱਕ ਵਾਰੀ ਵੀ ਨਹੀਂ ਸੋਚਿਆ, ਪੁਲਿਸ ਨੇ ਇੱਕ ਵਾਰੀ ਵੀ ਨਹੀਂ ਸੋਚਿਆ ਕਿ ਅਸੀਂ ਇਹਦਾ ਵੇਖੀਏ ਕਿ ਐਡਾ ਕੱਲਾ ਹੀ ਇਹਦਾ ਕਿਹੜਾ ਨਸ਼ਾ ਸੀ, ਜਿਹੜੀ ਕਿਹੜੀ ਚਿਪ ਸੀ ਉਹ ਜਿਹੜੀ ਇਹ ਕੈਪਸੂਲ ਸਮਝ ਕੇ ਖਾ ਗਿਆ। ਕੀ ਗੱਲ, ਇਹਨੂੰ ਕਿਸੇ ਨੇ ਕੋਈ ਨਹੀਂ ਮੋਟੀਵੇਟ ਕੀਤਾ, ਕਿਸੇ ਨੇ ਕੋਈ ਨਹੀਂ ਹਿਪਨੋਟਾਈਜ਼ ਕੀਤਾ ਹੋਊਗਾ ਵੀ ਭਾਈ ਤੂੰ ਇਹ ਕੰਮ ਕਰ, ਅਸੀਂ ਤੇਰੇ ਨਾਲ ਆ। ਤੁਸੀਂ ਵੀ ਇੱਕ ਇਨਸਾਨੀਅਤ ਦੇ ਨਾਤੇ, ਸਰਕਾਰ ਵੀ ਇੱਕ ਇਨਸਾਨੀਅਤ ਦੇ ਨਾਤੇ, ਪੁਲਿਸ ਵੀ ਇੱਕ ਇਨਸਾਨੀਅਤ ਦੇ ਨਾਤੇ ਸੋਚੋ, ਉਸ ਬੱਚੇ ਦੇ ਤੌਰ ਤੇ ਸੋਚੋ ਕਿ ਕੀ ਗੱਲ ਇਹ ਐਡਾ ਦਰਿੰਦਾ ਹੋ ਗਿਆ ਕਿ ਨਸ਼ਾ ਇਹਨੂੰ ਇੰਨਾ ਹੈਵੀ ਹੋ ਗਿਆ ਵੀ ਇਹਨੇ। ਬਹੁਤ ਜ਼ਰੂਰੀ ਗੱਲ ਜਿਹੜੀ ਪੁਲਿਸ ਦਾ ਤੁਸੀਂ ਜ਼ਿਕਰ ਕਰ ਰਹੇ ਹੋ, ਪੁਲਿਸ ਨੇ ਉਸ ਦਿਨ ਕਿਹਾ ਸੀ ਕਿ ਨਸ਼ੇ ਵਾਲੀ ਗੱਲ ਤੇ ਅਸੀਂ ਜਾਂਚ ਕਰ ਰਹੇ ਹਾਂ, ਪਰ ਜਿਹੜਾ ਜ਼ਿਆਦਾਤਰ ਉਹਨਾਂ ਨੇ ਕਿਹਾ ਘਰੇਲੂ ਕਲੇਸ਼ ਕਿ ਇਸਦੀ ਪਤਨੀ ਘਰ ਰਹਿ ਰਹੀ ਹੈ, ਇਹੀ ਗੱਲ ਤੇ ਯੂ ਟਰਨ ਲੈ ਲਿਆ ਹੈ ਕਿ ਇਹ ਪ੍ਰੋਪਰ ਨਸ਼ਾ ਹੀ ਆ। ਸਾਨੂੰ ਕੱਲ ਸਾਡੇ ਵੀਰ ਜੀ ਹੁਣੀ ਸਾਡੇ ਫਾਦਰ ਸਾਹਿਬ ਗਏ ਆ ਪੁਲਿਸ ਕੋ, ਉਹਨਾਂ ਨੇ ਬੋਲਿਆ ਕੋਈ ਗੱਲ ਨਹੀਂ, ਸੀਏ ਸਟਾਫ ਲੈ ਆਇਆ ਆ, ਇਹਦੀ ਪੂਰੀ ਪੁੱਛਗਿੱਛ ਹੋਊਗੀ। ਸ਼ਾਮਾਂ ਨੂੰ ਸਾਨੂੰ ਫੋਨ ਆਉਂਦਾ ਆ, ਨਹੀਂ ਜੀ ਇੱਥੇ ਥੋੜਾ ਜਿਹਾ ਟੋਰਚਰ ਖਰਿਆ ਸੀਗਾ, ਇਹ ਚੱਲ ਨਹੀਂ ਸਕਿਆ, ਇਸ ਕਰਕੇ ਇਹਨੂੰ ਅਸੀਂ ਜੇਲੇ ਭੇਜ ਦਿੱਤਾ ਆ। ਇਹ ਬਹੁਤ ਸੌਖਾ ਹੋ ਗਿਆ, ਉਹ ਇਹ ਤੇ ਫੇਰ ਆਊਗਾ, ਉੱਥੇ ਜਾ ਕੇ ਥੋੜਾ ਜਿਹਾ ਬਿਮਾਰ ਹੋਊਗਾ, ਪੁਲਿਸ ਇਹਨੂੰ ਹਸਪੀਟਲ ਲੈ ਆਊਗੀ, ਉੱਥੋਂ ਆ ਕੇ ਰਿਮਾਂਡ ਫਰਮਾਊਗਾ, ਫੇਰ ਇਹ ਕ੍ਰਿਮੀਨਲ ਕਾਂਡ ਕਰੂਗਾ ਕੋਈ। ਇਦਾਂ ਤੇ ਸਾਡੀ ਭੈਣ ਧੀਆਂ ਦੇ ਵਾਂਗ ਹੁੰਦੀ ਹੈ, ਆਪਣੀ ਤੇਰੀ ਧੀ ਔਰ ਉਸ ਦਾ ਅੱਗੇ ਛੋਟਾ ਬੱਚਾ, ਉਸ ਨੂੰ ਲੈ ਕੇ ਪੂਰੀ ਦੁਨੀਆ ਭਰ ਦੇ ਵਿੱਚ ਇਸ ਖਬਰ ਤੋਂ ਬਾਅਦ ਹਰ ਕਿਸੇ ਦੇ ਮਨ ਦੇ ਵਿੱਚ ਰੋਸ ਹੈ, ਪਰ ਜਿਹੜੀ ਹੁਣ ਤੱਕ ਜਾਂਚ ਹੋਈ ਹੈ ਜਿਸ ਤਰ੍ਹਾਂ ਭੈਣ ਜੀ ਉਹਨਾਂ ਨੇ ਵੀ ਕਿਹਾ, ਤੁਹਾਨੂੰ ਲੱਗਦਾ ਕਿ ਪੁਲਿਸ ਬਿਲਕੁਲ ਸਹੀ ਦਿਸ਼ਾ ਦੇ ਵਿੱਚ ਜਾਂਚ ਕਰ ਰਹੀ ਹੈ? ਨਹੀਂ ਕਰ ਰਹੀ, ਬਿਲਕੁਲ ਸਹੀ ਨਹੀਂ ਕਰ ਰਹੀ, ਉਹ ਨਜਾਇਜ਼ ਕਰ ਰਹੀ ਹੈ। ਐਸਪੀ ਸਾਹਿਬ ਦੇ ਦਿਹਾਤੀ, ਮਾਨਯੋਗ ਐਸਐਸਪੀ ਦਿਹਾਤੀ ਦੇ ਪੇਸ਼ ਹੋਏ ਸੀ, ਉਹਨਾਂ ਗਾੜੀ ਅਸੀਂ ਆਪਣੀਆਂ ਡਿਮਾਂਡ ਰੱਖੀ ਕਿ ਸਾਨੂੰ ਇਨਸਾਫ਼ ਦਵਾਇਆ ਜਾਵੇ, ਸਾਨੂੰ ਇਹ ਅਸੀਂ ਕਿਸੇ ਦੇ ਦੋਸ਼ ਨਹੀਂ ਲਾਉਂਦੇ, ਸਾਨੂੰ ਡਾਊਟ ਆ ਵੀ ਸਾਡਾ ਡਾਊਟ ਕਲੀਅਰ ਕੀਤਾ ਜਾਵੇ, ਉਹਨੂੰ ਜਾਂਚ ਦੇ ਘੇਰੇ ਵਿੱਚ ਲਿਆ ਕੇ ਉਹਦੇ ਉਹਨੂੰ ਜਾਂ ਕਿਸੇ ਵੀ ਤਰੀਕੇ ਨਾਲ ਕੰਪੈਲ ਕਰਾਓ ਉਹ ਕੀ ਕਹਿੰਦੀ ਆ, ਜਾਂ ਇਸ ਬੰਦੇ 'ਤੇ ਪ੍ਰੈਸ਼ਰਾਈਜ਼ ਕਰੋ ਇਹਨੂੰ ਕਿ ਇਹ ਕੀ ਕਹਿੰਦਾ ਵਾ। ਕੱਲ੍ਹ ਸਾਨੂੰ ਮਾਨਯੋਗ ਐਸਐਸਪੀ ਦਿਹਾਤੀ ਨੇ ਵਿਸ਼ਵਾਸ ਦਵਾਇਆ ਸੀ, ਉਹਨਾਂ ਨੇ ਸਾਨੂੰ ਐਚਐਸ ਗਿੱਲ ਜਿਹੜੇ ਡੀਐਸਪੀ ਐਸਪੀਡੀ ਆ ਉਹਨਾਂ ਦੇ ਕੋਲ ਭੇਜਿਆ, ਉਹਨਾਂ ਨੇ ਵੀ ਸਾਨੂੰ ਇਸ ਚੀਜ਼ ਦਾ ਵਿਸ਼ਵਾਸ ਦਵਾਇਆ ਸੀ, ਕਹੀਂ ਜੇ ਤੁਸੀਂ ਇਸ ਚੀਜ਼ ਨਾਲ ਐਗਰੀ ਕਰਦੇ ਜੇ ਕਿ ਅਸੀਂ ਉਹਦੇ 'ਤੇ ਕਾਰਵਾਈ ਕਰਦੇ ਹਾਂ, ਪਰ ਸਾਨੂੰ ਹੁਣ ਤੱਕ ਦੱਸਿਆ ਜਾਵੇ ਕਿ 12-14 ਘੰਟੇ ਬੀਤਣ ਦੇ ਬਾਵਜੂਦ ਵੀ ਉਹਨਾਂ ਨੇ ਕੀ ਕਾਰਵਾਈ ਕੀਤੀ ਆ,
ਸਾਨੂੰ ਕੁਛ ਨਾ ਕੁਛ ਤੇ ਸਾਨੂੰ ਕੁਛ ਆਸ਼ਵਾਸਨ ਦਵਾਇਆ ਜਾਵੇ ਕਿ ਉਹਨਾਂ ਨੇ ਕੀ ਕਾਰਵਾਈ ਕੀਤੀ ਹੈ ਸਾਨੂੰ। ਮੈਂ ਫੇਰ ਇੱਕ ਵਾਰੀ ਭੈਣ ਜੀ ਨਾਲ ਗੱਲ ਕਰਾਂਗਾ। ਇਹ ਆ ਵੀਰ ਜੀ, ਚਲੋ ਸਰਕਾਰ ਕਹਿੰਦੀ ਉਹ ਨਸ਼ਈ ਆ, ਅਸੀਂ ਵੀ ਮੰਨ ਲਾਂਗੇ ਕਿਤੇ ਨਾ ਕਿਤੇ ਉਹ ਨਸ਼ਈ ਆ, ਠੀਕ ਹੈ, ਨਸ਼ਈ ਆ, ਪਰ ਸਰਕਾਰ ਸਾਨੂੰ ਇਹੀ ਖਬਰ ਲਿਆ ਦੇ ਕਿ ਉਹ ਨਸ਼ਾ ਲਿਆਉਂਦਾ ਕਿੱਥੋਂ ਸੀ, ਨਸ਼ਾ ਮਿਲਦਾ ਕਿੱਥੋਂ ਸੀ, ਉਹ ਇੰਨਾ ਜ਼ਿਆਦਾ ਵੱਡਾ। ਮੈਂ ਪਿੱਛੇ ਰੱਖ ਕੇ ਇੱਕ ਹੋਰ ਅਹਿਮ ਗੱਲ ਮੇਰੇ ਦਿਮਾਗ 'ਚ ਆਈ, ਤੁਹਾਡੀ ਛੋਟੀ ਭੈਣ ਹੈ, ਅਕਸਰ ਵੱਡੀਆਂ ਭੈਣਾਂ ਦੇ ਨਾਲ ਜਾਂ ਮਾਂ ਤੋਂ ਵੀ ਵੱਧ ਭੈਣਾਂ ਦੇ ਨਾਲ ਹਰ ਗੱਲ ਦਿਲ ਦੀ ਸਾਂਝੀ ਕੀਤੀ ਜਾਂਦੀ ਹੈ, ਕਦੀ ਭੈਣ ਨੇ ਤੁਹਾਡੇ ਨਾਲ ਪਹਿਲਾਂ ਇਹ ਗੱਲ ਕਹੀ ਕਿ ਇਸ ਤਰੀਕੇ ਦੇ ਨਾਲ ਇਹ ਤੰਗ ਪਰੇਸ਼ਾਨ ਕਰਦਾ ਜਾਂ ਉਸਦੀ ਪਤਨੀ ਕੋਈ ਵਿਵਾਦ ਕਰਦੀ? ਉਹ ਦੇਖੋ ਜੀ, ਸਿੱਧਾ ਨਹੀਂ ਸੀ ਕਰਦਾ, ਪਤਨੀ ਵੀ ਸਿੱਧਾ ਨਹੀਂ ਸੀ ਕਰਦੀ, ਪਤਨੀ ਸਾਨੂੰ ਨਹੀਂ ਪਤਾ ਉਹ ਫੋਨ ਦੇ ਉੱਤੇ ਇਹਨਾਂ ਦੇ ਵਿੱਚ ਕੀ ਗੇਟ ਮਿਟ ਹੁੰਦੀ ਸੀ, ਕੀ ਕਰਦੇ ਸੀਗੇ, ਉਹ ਜਦੋਂ ਵੀ ਪ੍ਰੈਸ਼ਰਾਈਜ਼ ਕਰਦਾ ਸੀ ਆਪਣੀ ਮਾਂ ਨੂੰ ਕਰਦਾ ਸੀ। ਸਾਡੀ ਸਿਸਟਰ ਨੇ ਕਦੀ ਉਹਦੇ ਨਾਲ ਕੋਈ ਵੀ ਇਨਵੋਲਵਮੈਂਟ ਨਹੀਂ ਕੀਤੀ। ਹਾਂ, ਇੱਕ ਦਿਨ ਉਹਦੇ ਰੂਮ 'ਚ ਜਾ ਕੇ ਉਹਨੂੰ ਹੱਥ ਜੋੜ ਕੇ ਕਹਿੰਦਾ ਮੈਨੂੰ 500 ਰੁਪਇਆ ਦੇ ਦੇ, ਮੈਨੂੰ 500 ਦੇ ਦੇ। ਸਾਡੀ ਭੈਣ ਉਦਣ ਵੀ ਡਰਦੀ ਹੈ ਕਿ ਮੇਰੇ ਰੂਮ 'ਚ ਕਿਉਂ ਆਇਆ, ਅਦਰਵਾਈਜ਼ ਉਹਨੂੰ ਨਹੀਂ ਸੀ ਵੇਖਦਾ, ਨਹੀਂ ਸੀ ਉੱਚੀ ਵਾਜ। ਦਿੱਕਤ ਉਦੋਂ ਜ਼ਿਆਦਾ ਵਧੀ ਜਦੋਂ ਤੁਸੀਂ ਆਪਣੇ ਦੋਤੇ ਦੀ ਐਡਮਿਸ਼ਨ ਚੰਗੇ ਸਕੂਲ 'ਚ ਕਰਾਈ। ਉਦੋਂ ਵਧੀ ਕਿਉਂਕਿ ਉਸ ਦਿਨ ਅਸੀਂ ਦੋਨੋਂ ਭੈਣਾਂ ਬੈੱਡ ਤੇ ਬੈਠੀਆਂ, ਮੈਂ ਕਿਹਾ ਅਵਰੀਤ ਤੂੰ ਮੇਰੇ, ਮੈਂ ਕਿਹਾ ਚਲੋ ਹਰ ਇੱਕ ਫੈਮਿਲੀ ਦੇ ਵਿੱਚ ਪ੍ਰੋਬਲਮ ਹੁੰਦੀ ਆ, ਕਿ ਮੈਂ ਵੀ ਆਪਣੇ ਜਦੋਂ ਬੱਚੇ ਕਰਵਾਏ ਸੀਗੇ ਮੇਰੇ ਵੀ ਇਸ਼ੂ ਆਇਆ ਸੀਗਾ, ਕਹਿੰਦੀ ਮੇਰੇ ਤੇ ਬਹੁਤ ਵੱਡਾ ਆਉਣਾ ਆ, ਮੇਰੇ ਬਹੁਤ ਵੱਡਾ। ਮੈਂ ਕਿਹਾ ਤੂੰ, ਉਹਨਾਂ ਨੂੰ ਅੰਦਾਜ਼ਾ ਸੀ ਕਿ ਇਹ ਗੱਲ, ਮੇਰੇ ਨਾਲ ਇਹ ਗੱਲ ਸ਼ੇਅਰ ਕੀਤੀ ਆ, ਕਹਿੰਦੀ ਬਹੁਤ ਵੱਡਾ ਆਉਣਾ। ਮੈਂ ਕਿਹਾ ਚਲ ਠੀਕ ਆ, ਆਉਣਾ ਤੂੰ ਕਿੱਦਾਂ ਮੈਨੇਜ ਕਰੇਂਗੀ? ਕਹਿੰਦੀ ਕੋਈ ਨਹੀਂ, ਮੇਰੀ ਸੱਸ ਕਹਿੰਦੀ ਆ ਤੂੰ ਇੱਥੇ ਦੋ ਦਿਨ ਇਹਨੂੰ ਕੱਲ ਤੇ ਫਿਰ ਤੂੰ ਇੱਥੇ ਆ ਜੀ। ਮੈਂ ਕਿਹਾ ਅਵਰੀਤ ਜਿਸ ਦਿਨ ਤੇਰੀ ਵੈਨ ਆਊਗੀ ਇਹਨਾਂ ਨੂੰ ਫਿਰ ਵੀ ਪਤਾ ਲੱਗਣਾ। ਕਹਿੰਦੀ ਕੋਈ ਨਾ, ਮੈਂ ਹੌਲੀ ਹੌਲੀ ਦੱਸੂਗੀ, ਹੌਲੀ ਹੌਲੀ, ਸਿਰਫ ਦੋ ਦਿਨ। ਇੱਕ ਦਿਨ 'ਚ ਉਸ ਬੰਦੇ ਨੇ ਉਹਦਾ ਪਤਾ ਕਰ ਲਿਆ ਕਿਹੜੇ ਸਕੂਲ ਜਾਂਦਾ, ਕਿੱਦਾਂ ਜਾਂਦਾ ਹੈ, ਔਰ ਅਗਲੇ ਦਿਨ ਉਹ ਉਦਾਂ ਹੀ ਬੈਠ ਗਿਆ। ਪੁਲਿਸ ਨੇ ਉਹਦੀ ਜਿਹੜੀ ਪਤਨੀ ਹੈ ਉਹਦੇ ਕੋਲ ਕੋਈ ਪੁੱਛਗਿੱਛ ਕੀਤੀ? ਕਿਉਂਕਿ ਇਹ ਗੱਲ ਕਹੀ ਜਾ ਰਹੀ ਫੋਨ ਤੇ ਗੱਲਬਾਤ। ਇਹ ਮੇਰੀ ਸਿਸਟਰ ਨੇ ਇਹ ਗੱਲ ਕੀਤੀ ਆ ਕਿ ਅਜੇ ਮੈਂ ਸਰਚ ਕਰਦੀ ਪਈ ਸਾਂ, ਮੈਂ ਆਪਣੀ ਉਹਦੇ ਨਾਲ ਗੱਲ ਸ਼ੇਅਰ ਕੀਤੀ ਵੀ ਅਵਰੀਤ ਜਦੋਂ ਮੈਂ ਗੁਰਬੀ ਨੂੰ ਸਕੂਲ ਪਾਉਣਾ ਸੀ ਨਾ, ਮੈਂ ਸਰਚ ਕਰਦੀ ਸਾਂ ਤੇ ਮੇਰੀ ਜਠਾਣੀ ਵੀ ਮੈਨੂੰ ਮਤਲਬ ਕਹਿੰਦੀ ਸੀ ਕਿ ਤੂੰ ਬੱਚਾ ਛੋਟਾ ਹੈ ਜੇ ਠਹਿਰ ਕੇ ਕਰੀ, ਪਰ ਆਂਦੀ ਕਿ ਮੈਂ ਵੀ ਜਦੋਂ ਸਕੂਲ ਕਰਦੀ ਸੀ ਨਾ ਮੇਰੀ ਜਠਾਣੀ ਕਹਿੰਦੀ ਸੀ ਸਾਨੂੰ ਵੀ ਜੇ ਸੱਸ ਚੰਗੇ ਥਾਂ ਪੈਸੇ ਦਿੰਦੀ ਅਸੀਂ ਵੀ ਆਪਣੀ ਕੁੜੀ ਚੰਗੀ ਪੜ੍ਹਾ ਲੈਂਦੇ, ਤੇ ਕਹਿੰਦੀ ਕਿ ਮੈਂ ਕਿਹਾ ਦੀਦੀ ਤੁਸੀਂ ਵੀ ਪੜ੍ਹਾ ਲੈਂਦੇ, ਮੈਂ ਤਾਂ ਆਪਣੇ ਸਿਰ ਤੇ ਕਰਨਾ ਜੋ ਵੀ ਕਰਨਾ, ਮੈਂ ਕਿਹੜਾ ਅਜੇ ਕਰਵਾ ਦਿੱਤਾ। ਕਹਿੰਦੀ ਮੈਂ ਉਹਨਾਂ ਨੂੰ ਬਿਲਕੁਲ ਪਿਣਕ ਵੀ ਨਹੀਂ ਲੱਗਣ ਦਿੱਤੀ ਕਿ ਮੈਂ ਆਪਣਾ ਬੱਚਾ, ਮੈਂ ਆਪਣੇ ਹਸਬੈਂਡ ਨੂੰ ਫੋਨ ਕੀਤਾ ਆ, ਮੈਂ 4 ਸਕੂਲਾਂ ਦੀ ਸਰਚ ਕੀਤੀ ਆ। ਸਾਹਮਣੇ ਆਈ ਕਿ ਜਦੋਂ ਕਤਲ ਹੋਇਆ ਉਹਨੇ ਉਸ ਵੇਲੇ ਆਪਣੀ ਪਤਨੀ ਨਾਲ ਪਹਿਲਾਂ ਵੀ ਔਰ ਬਾਅਦ ਦੇ ਵਿੱਚ ਵੀ ਫੋਨ ਤੇ ਗੱਲ ਕੀਤੀ? ਇਹੀ ਤੇ ਅਸੀਂ ਚਾਹੁੰਦੇ ਆ ਕਿ ਉਹ ਪਤਾ ਲੱਗੇ ਕਿ ਉਹਨੇ ਕਿਹੜਾ ਕਿੱਦਾਂ ਕੀਤੀ, ਕਦੋਂ ਕੀਤਾ, ਕਿਵੇਂ ਕੀਤਾ। ਪਰਿਵਾਰ ਇਹੀ ਚਾਹੁੰਦਾ ਵਾ ਕਿ ਅਸੀਂ ਉਸ ਸ਼ਖਸ ਦੀਆਂ ਉਹਦੀ ਮਿਸਿਜ ਦੀਆਂ ਡਿਟੇਲਾਂ ਕਢਾਈਆਂ ਜਾਣ। ਉਸ ਸ਼ਖਸ ਨੇ ਕਤਲ ਕਰਨ ਤੋਂ ਪਹਿਲਾਂ ਕਿਹਦੇ ਨਾਲ ਗੱਲ ਕੀਤੀ ਆ, ਕਤਲ ਕਰਨ ਤੋਂ ਬਾਅਦ ਉਹਨੇ ਕਿਹਦੇ ਨਾਲ ਗੱਲ ਕੀਤੀ ਆ? ਹੁਣ ਡਾਊਟ ਹੈ ਕਿ ਉਹ ਇਨ ਟੱਚ ਸੀ ਜੀ, ਟੱਚ ਸੀ, ਬਿਲਕੁਲ ਟੱਚ ਦੇ ਵਿੱਚ ਹੈਗੇ ਸੀ ਉਹ, ਜੇ ਉਹ ਭਾਵੇਂ ਆਪਣੇ ਪੇਕੇ ਪਰਿਵਾਰ ਰਹਿ ਰਹੀ ਸੀ ਪਰ ਇਹ ਟੱਚ ਦੇ ਵਿੱਚ ਹੈਗੀ ਸੀ। ਉਹ ਹਫਤੇ ਬਾਅਦ ਮਹੀਨੇ ਬਾਅਦ ਇੱਥੇ ਚੱਕਰ ਮਾਰਦੀ ਸੀ, ਇਹਦੇ ਨਾਲ ਗੱਲਬਾਤ ਕਰਕੇ ਜਾਂਦੀ ਸੀ, ਇਹਨੂੰ ਕੀ ਉਹ ਮਤਲਬ ਕਿ ਕਹਿ ਕੇ ਦਿੰਦੀ, ਕੀ ਇਹਨੂੰ ਚੁੰਡੀ ਵੱਢਦੀ ਸੀ ਕਿ ਤੂੰ ਕੀ ਕਰ। ਇੱਥੋਂ ਤੱਕ ਵੀ ਸੁਣ 'ਚ ਆਇਆ ਵਾ ਵੀ ਉਹਦੀ ਘਰਦੀ ਨੇ ਉਹਨੂੰ ਇੱਥੋਂ ਤੱਕ ਕਹਿ ਦਿੱਤਾ ਸੀ ਕਿ ਜੇ ਇਹ ਘਰ 'ਚ ਰਹਿਣਗੀਆਂ ਤਾਂ ਮੈਂ ਨਹੀਂ ਰਹਿਣਾ, ਜੇ ਮੈਨੂੰ ਰੱਖਣਾ ਵਾ ਤਾਂ ਇਹਨਾਂ ਨੂੰ ਕਿਸੇ ਪਾਸੇ ਲਾ। ਹੁਣ ਇਹਦੇ ਫਾਦਰ ਸਾਹਿਬ ਜਿਹੜੇ ਕਿ ਬਾਹਰ ਪਹਿਲਾਂ ਆਰਮੀ ਦੀ ਸਰਵਿਸ ਕੀਤੀ, ਹੁਣ ਝਾਰਖੰਡ ਪੁਲਿਸ ਦੇ ਵਿੱਚ ਸਰਵਿਸ ਕਰਦੇ, ਉਹ ਵੀ ਕੱਲ੍ਹ ਰਾਤ ਨੂੰ ਇੱਥੇ ਪਹੁੰਚੇ ਸ਼ਾਮ ਦੇ ਟਾਈਮ। ਉਹ ਹੁਣ ਕਹਿ ਰਿਹਾ ਕਿ ਮੇਰੇ ਬਿਆਨ ਲਓ, ਮੈਂ ਕਹਿੰਦਾ ਕਿ ਮੈਂ ਸਿੱਧਾ ਸਿੱਧਾ ਕਹੂੰਗਾ ਕਿ ਹਾਂ ਮੇਰੀ ਨੌਂ ਨੇ ਮਰਵਾਇਆ ਦੇ ਕੋਲੋਂ ਕਹਿ ਕੇ ਮਰਵਾਇਆ ਵਾ ਉਹਨਾਂ ਦੇ ਬਿਆਨ। ਅਸੀਂ ਤੁਹਾਨੂੰ ਵੀ, ਤੁਸੀਂ ਵੀ ਸੀਨੀਅਰ ਜੇ ਭੈਣ ਜੀ, ਜਦੋਂ ਇਹ ਕਤਲ ਦੀ ਮੰਦਭਾਗੀ ਘਟਨਾ ਵਾਪਰਦੀ ਹੈ ਉਸ ਵੇਲੇ ਉਸਦੀ ਪਤਨੀ ਇੱਥੇ ਪਹੁੰਚਦੀ ਵੀ ਹੈ, ਕੁਝ ਮੀਡੀਆ ਵਾਲੇ ਨਾਲ ਵੀ ਉਹਨੇ ਗੱਲਬਾਤ ਕੀਤੀ, ਪਰ ਉਸ ਤੋਂ ਬਾਅਦ ਉਹ ਇੱਥੇ ਨਜ਼ਰ ਆਈ ਜਾਂ ਪਰਿਵਾਰ ਦੇ ਨਾਲ? ਸਾਡੇ ਜਿਹੜੇ ਇੱਥੇ ਦੇ ਚਾਚਾ ਜੀ ਆ ਨਾ, ਉਹਨਾਂ ਨੂੰ ਉਹਨਾਂ ਦੀ ਉਹਦੀ ਫੈਮਿਲੀ ਪੁੱਛਦੀ ਆ ਇਹਦੀ ਜ਼ਿੰਮੇਵਾਰੀ ਲਓ ਤੇ ਅਸੀਂ ਛੱਡ ਜਾਂਦੇ ਹਾਂ, ਤੇ ਸਾਡੇ ਚਾਚਾ ਜੀ ਬੋਲਦੇ ਆ ਕਿ ਮੇਰੀ ਕੋਈ ਜ਼ਿੰਮੇਵਾਰੀ ਨਹੀਂ, ਲੈ ਜਾਓ ਇਹਨੂੰ।
ਉਹ ਵਾਪਸ ਚਲੇ ਜਾਂਦੀ ਆ। ਉਸ ਦਿਨ ਉਹ ਜਨਾਨੀ ਜਿਹੜੀ ਆ ਇੱਥੇ ਆਉਂਦੀ ਆ, ਠੀਕ ਹੈ, ਆਪਣੇ ਬਚਾਅ ਲਈ ਆਉਂਦੀ ਆ। ਉਹ ਉਸ ਜਨਾਨੀ ਨੂੰ 8 ਦਿਨ ਪਹਿਲਾਂ ਉੱਥੇ ਸਾਡੀ ਵੀ ਰਿਸ਼ਤੇਦਾਰੀ, ਜਿੱਥੇ ਅੰਮ੍ਰਿਤਪਾਲ ਦੇ ਸਹੁਰੇ ਆ ਉੱਥੇ ਸਾਡੀ ਵੀ ਰਿਸ਼ਤੇਦਾਰੀ ਆ, ਉੱਥੇ ਜਾ ਕੇ ਇਹ ਉਹਨੂੰ ਫੋਨ ਕਾਲ ਤੇ ਕਹਿੰਦਾ ਆ ਕਿ 8 ਦਿਨ ਦੀ ਗੱਲ ਆ, ਮੈਂ ਸਾਰੇ ਮਾਰ ਦੇਣੇ ਆ। ਇੱਕ ਧਮਕੀ ਉਹਨੂੰ ਦਿੱਤੀ ਆ, ਇੰਟੀਮੇਟ ਉਹਨੂੰ ਕੀਤਾ। ਉਹ ਇੰਟੀਮੇਟ ਇਹਨੇ ਕਿਉਂ ਨੀ, ਜੇ ਨਹੀਂ ਹੈਗੀ ਦੋਸ਼ੀ ਇਹਨੇ ਕਿਉਂ ਨੀ ਇਹਨਾਂ ਨੂੰ ਅਲਰਟ ਕੀਤਾ ਕਿ ਅੰਮ੍ਰਿਤਪਾਲ ਆਹ ਸਕੀਮਾਂ ਬਣਾਉਂਦਾ ਪਿਆ ਜੇ? ਉਹ ਕਿਉਂ ਨੀ 8 ਦਿਨ ਇੱਥੇ ਆ ਕੇ ਰਹੀ ਕਿ ਮੈਨੂੰ ਲੱਗਦਾ ਤੂੰ ਕੋਈ ਕਾਂਡ ਕਰ ਦੇਗਾ? ਉਹਨੂੰ ਤੁਹਾਨੂੰ ਇਹ ਵੀ ਸ਼ੱਕ ਹੈ ਕਿ ਇੱਕਦਮ ਨੀ ਇਹ ਸਭ ਕੁਝ ਬਣਿਆ, ਪਲੈਨਿੰਗ ਦੇ ਆਧਾਰ ਤੇ? ਪ੍ਰੀ ਪਲੈਨਿੰਗ ਸੀਗੀ, ਪ੍ਰੀ ਪਲੈਨਿੰਗ ਸੀਗੀ। ਅੱਛਾ, ਜਿਸ ਦਿਨ ਉਹਨੂੰ ਇੱਥੋਂ ਕਾਲ ਜਾਂਦੀ ਆ ਕਿ ਘਰ ਚ ਆਹ ਪਾਣਾ ਵਰਤ ਗਿਆ ਹੈ, ਵੇਖੋ ਜੇ ਉਹ ਕ੍ਰਿਮੀਨਲ ਨਹੀਂ ਮਾਈਂਡ ਦੀ ਹੈਗੀ, ਉਹ ਸਿੱਧੀ ਪੈਰੀ ਜੁੱਤੀ ਨਾ ਪਾਉਂਦੀ, ਕਹਿੰਦੀ ਮੇਰੇ ਘਰ ਕਾਂਡ ਹੋ ਗਿਆ, ਮੈਨੂੰ ਜਾਣਾ ਚਾਹੀਦਾ। ਉਹ ਸਭ ਤੋਂ ਪਹਿਲਾਂ ਪਿੰਡ ਦੇ ਸਰਪੰਚ ਕੋ ਜਾਂਦੀ ਆ, ਆਪਦੇ ਪੇਕਿਆਂ ਦੇ ਸਰਪੰਚ ਕੋ ਜਾਂਦੀ ਆ ਕਿ ਚਲੋ ਮੇਰੇ ਨਾਲ ਉੱਥੇ ਮੈਨੂੰ ਕੁਛ ਕਵੇ ਨਾ, ਜਦੋਂ ਵੈਸੇ ਤੁਹਾਡੀਆਂ ਫੋਨ ਕਾਲਸ ਹੁੰਦੀਆਂ ਆ, ਵੈਸੇ ਤੁਹਾਡਾ ਆਪੋ ਵਿੱਚ ਮੇਲ ਗੇਲ ਆ, ਫਿਰ ਤੂੰ ਉੱਥੋਂ ਆਉਂਦੀ ਆ ਆਪਣੀ ਰੈਡੀਮੇਡ ਸਬਜ਼ੀ ਲੈ ਕੇ ਆਉਂਦੀ ਆ, ਆ ਕੇ ਤੇ ਫੁਲਕੇ ਬਣਾਉਂਦੀ ਆ, ਉਦੋਂ ਤਾਂ ਤੈਨੂੰ ਕੋਈ ਨੀ ਕੁਛ ਕਹਿੰਦਾ। ਹੁਣ ਤੈਨੂੰ ਪਤਾ ਆ ਕਿ ਉੱਥੇ ਕਾਂਡ ਹੋਇਆ ਤੇ ਮੈਂ ਆਪਣੀ ਸੇਫਟੀ ਕਰ। ਕੁੱਲ ਮਿਲਾ ਕੇ ਤੁਹਾਡੀ ਇੱਕੋ ਇੱਕ ਮੰਗ ਹੈ ਕਿ ਪ੍ਰੋਪਰ ਇਨਵੈਸਟੀਗੇਟ ਕੀਤਾ ਜਾਵੇ ਮਾਮਲੇ ਨੂੰ, ਨਾ ਕਿ ਇਹ ਗੱਲ ਕਹਿ ਕੇ ਰਫਾ ਦਿੱਤਾ ਕਰ ਦਿੱਤਾ ਕਿ ਉਹਦੇ ਫਾਦਰ ਸਾਹਿਬ ਆਂਦੇ ਆ ਕਿ ਉਹਦਾ ਇੱਕ ਕਸੂਰ ਆ ਸਾਰਾ, ਕਿ ਉਹਦੇ ਫਾਦਰ ਸਾਹਿਬ ਖੁਦ ਆਂਦੇ ਆ ਡੰਮ ਲੜਕਾ ਕੋਈ ਨਸ਼ਾ ਨਹੀਂ ਕਰਦਾ, ਉਹਦਾ ਬਿਆਨ ਲਿਆ ਜਾਵੇ ਕਿ ਉਹਦਾ ਕੋਈ ਨਸ਼ਾ ਨਹੀਂ ਕਰਦਾ, ਮੇਰੇ ਬਿੱਠੇ ਆ ਉਹਨਾਂ ਦਾ ਬਿਆਨ ਲਿਆ ਜਾਵੇ ਵੀ ਉਹਨਾਂ ਦੇ ਬਿਆਨ ਕੀ ਕਹਿੰਦੇ ਆ। ਨਾਲੇ ਨੂੰ ਅਸੀਂ ਨਸ਼ਾ ਕਿੱਦਾਂ ਜੋੜਦੀ ਆ, ਸਾਰਾ ਕਤਲ ਕਰਨ ਤੋਂ ਬਾਅਦ ਚ ਨਹਾਉਂਦਾ, ਕੱਪੜੇ ਚੇਂਜ ਕਰਦਾ, ਫਿਰ ਗੁਰਦੁਆਰਾ ਸਾਹਿਬ ਜਾਂਦਾ, ਆਪਣੇ ਚਾਚੇ ਨੂੰ ਵੀ ਦੱਸ ਕੇ ਜਾਂਦਾ ਵੀ ਮੈਂ ਮਾਰ ਆਇਆ। ਬਿਲਕੁਲ, ਬਹੁਤ ਸਾਰੇ ਐਸੇ ਐਂਗਲ ਨੇ ਜਿਨ੍ਹਾਂ ਨੂੰ ਲੈ ਕੇ ਪਰਿਵਾਰ ਨੂੰ ਕਿਤੇ ਨਾ ਕਿਤੇ ਖਦਸ਼ਾ ਕਿ ਇਹ ਪੂਰਾ ਮਾਮਲਾ ਜਿਹੜਾ ਉਹ ਇੱਕਦਮ ਜੋ ਹੈ ਕਤਲ ਦੀ ਕੋਈ ਵੀ ਵਾਰਦਾਤ ਨੂੰ ਅੰਜਾਮ ਨਹੀਂ ਦਿੱਤਾ ਗਿਆ, ਜਦਕਿ ਇਸ ਦੇ ਲਈ ਇੱਕ ਪੂਰੀ ਪਲੈਨਿੰਗ ਤਿਆਰ ਕੀਤੀ ਗਈ ਸੀ ਔਰ ਕਿਤੇ ਨਾ ਕਿਤੇ ਅੰਮ੍ਰਿਤਪਾਲ ਸਿੰਘ ਦੀ ਪਤਨੀ ਜਿਹੜੀ ਹੈ ਉਸ ਦੇ ਕੋਲੋਂ ਵੀ ਪੁੱਛਗਿੱਛ ਹੋਣੀ ਚਾਹੀਦੀ ਹੈ। ਕੀ ਕਹਿਣਾ ਚਾਹੁੰਦੇ? ਅਸੀਂ ਕਹਿੰਦੇ ਹਾਂ ਕਿ ਪੂਰੀ ਹੱਕਦਾਰ ਨਾਲ ਉਹਦੀ ਸਲਾਹ ਹੈ, ਸਲਾਹ ਤੁਹਾਨੂੰ ਪਿੰਡ ਵਾਲਿਆਂ ਦਾ ਸਹਿਯੋਗ ਮਿਲ ਰਿਹਾ? ਦੇਖੋ ਜੀ, ਅਸੀਂ ਕੱਲ ਆਏ ਸੀ ਇੱਥੇ ਵੇਖਣ, ਅਸੀਂ ਤੇ ਆਪਣੀ ਖੁਦ ਲੜਨੀ ਜਦੋਂ ਸਾਨੂੰ ਲੱਗਦਾ। ਬਿਲਕੁਲ, ਅਸੀਂ ਉਹਨਾਂ ਦਾ ਜਿਹੜਾ ਅੰਮ੍ਰਿਤਪਾਲ ਸਿੰਘ ਦਾ ਪਿਤਾ ਹੈ ਉਹਨਾਂ ਦੇ ਕੋਲੋਂ ਵੀ ਜਾਣਨ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਹਰ ਕੋਈ ਇਹ ਗੱਲ ਕਹਿ ਰਿਹਾ ਕਿ ਉਸਦੇ ਪਿਤਾ ਵੱਲੋਂ ਇਹ ਗੱਲ ਕਹੀ ਜਾ ਰਹੀ ਹੈ ਕਿ ਅੰਮ੍ਰਿਤਪਾਲ ਸਿੰਘ ਜੋ ਹੈ ਉਹ ਨਸ਼ੇ ਦਾ ਆਦੀ ਨਹੀਂ ਸੀ, ਪਰ ਪਰਿਵਾਰ ਵੱਲੋਂ ਸਿੱਧੇ ਤੌਰ ਤੇ ਵੱਡੇ ਇਲਜ਼ਾਮ ਜਿਹੜੇ ਨੇ ਉਹ ਲਗਾਏ ਜਾ ਰਹੇ ਨੇ। ਫਿਲਹਾਲ ਅੰਤਿਮ ਸੰਸਕਾਰ ਜੋ ਹੈ ਉਹ ਤਿੰਨਾਂ ਦਾ ਨਹੀਂ ਕੀਤਾ ਗਿਆ, ਹਾਲਾਂਕਿ ਅੱਜ 11 ਵਜੇ ਦਾ ਸਮਾਂ ਜਿਹੜਾ ਉਹ ਦਿੱਤਾ ਗਿਆ ਸੀ ਕਿ ਅੰਤਿਮ ਸੰਸਕਾਰ ਜੋ ਹੈ ਉਹ ਕੀਤਾ ਜਾਏਗਾ। ਤਾਂ ਪੂਰਾ ਪਰਿਵਾਰ ਸਦਮੇ ਦੇ ਵਿੱਚ ਹੈ। ਕੱਲ ਉਸ ਛੋਟੇ ਬੱਚੇ ਦੇ ਪਿਤਾ ਜੋ ਹੈ ਉਹ ਦੁਬਈ ਤੋਂ ਪਹੁੰਚਦੇ ਨੇ, ਤਾਂ ਹੁਣ ਜਿਹੜਾ ਅੰਮ੍ਰਿਤਪਾਲ ਦੇ ਪਿਤਾ ਦੇ ਨਾਲ ਗੱਲਬਾਤ ਕਰਦੇ। ਮੈਨੂੰ ਤਾਂ ਕਈ ਸਾਲ ਹੋ ਗਏ ਬਾਹਰ ਦੇ, ਮੈਂ ਤਾਂ ਪਹਿਲਾਂ ਫੌਜ ਚ ਹਾਂ। ਨਾ ਨਾ ਕੋਈ ਘਰੋਂ ਨੀ, ਕੋਈ ਉਹਨਾਂ ਨੇ ਕਦੀ ਨੀ ਆਖਿਆ ਕਿ ਪਰ ਉਹ ਤਾਂ ਨਸ਼ੇ ਤੋਂ ਉਹ ਨਸ਼ਾ ਕਰਦਾ ਕਿੱਥੇ ਸੀ, ਉਹ ਤੇ ਅਸਲ ਬਹਾਨਾ ਬਣਾਇਆ ਨਸ਼ੇ ਦਾ ਬਸ, ਉਹ ਤਾਂ ਐਵੇਂ ਹੁਣ ਕੀ ਆਖੀਏ। ਬਸ ਅਸੀਂ ਮੰਗ ਇਹੋ ਹੀ ਕਰਨੀ ਆ, ਸਾਨੂੰ ਇਹ ਪਤਾ ਲੱਗਣਾ ਚਾਹੀਦਾ ਕਿ ਇਹਨੂੰ ਕਿਹਦਾ ਹੱਥ ਹੈ। ਬਸ ਉਹ ਤੇ ਅੱਧੇ ਕਿ ਅਸੀਂ ਕਾਲ ਚੱਲ ਕੱਢਾਂਗੇ ਤਾਂ ਦੱਸਾਂਗੇ ਤੁਹਾਨੂੰ। ਅੱਛਾ, ਅੰਮ੍ਰਿਤਪਾਲ ਦੀ ਜਿਹੜੀ ਪਤਨੀ ਹੈ ਉਹ ਜਦੋਂ ਪਹੁੰਚੇ ਸੀ, ਜਦੋਂ ਮੌਤ ਹੋਈ ਸੀ ਤਿੰਨਾਂ ਪਰਿਵਾਰਿਕ ਮੈਂਬਰਾਂ ਦੀ, ਤਾਂ ਉਹ ਪਹੁੰਚੇ ਸੀ, ਉਹਨਾਂ ਵੱਲੋਂ ਆਖਿਆ ਗਿਆ ਸੀ ਕਿ 8-9 ਮਹੀਨੇ ਤੋਂ ਮੈਂ ਆਪਣੇ ਪੇਕੇ ਰਹਿ ਰਹੀ ਹਾਂ, ਮੇਰੇ ਨਾਲ ਵੀ ਚੱਜ ਦਾ ਵਿਵਹਾਰ ਨਹੀਂ ਸੀ ਅੰਮ੍ਰਿਤਪਾਲ ਦਾ, ਤਾਂ ਉਹਦਾ ਕੀ ਰੋਲ ਸਮਝਦੇ? ਆਪਾਂ ਨਹੀਂ ਕਹਿ ਸਕਦੇ ਕਿਸੇ ਦਾ ਨਹੀਂ, ਕੋਈ 8-9 ਮਹੀਨੇ ਨਹੀਂ, 15 ਦਿਨ ਇੱਥੇ ਗਈ ਆ। ਬਸ ਇੱਥੇ ਕੁੜੀ ਰਹਿੰਦੀ ਸੀ, ਇਹ ਸਾਜੇ ਚ ਸੀ, ਆਪਣੀ ਕੁੜੀ ਲੈ ਕੇ ਚਲੇ ਗਈ ਆ। 2 ਦਿਨ ਪਹਿਲਾਂ ਲੈ ਕੇ ਗਈ ਕੁੜੀ, 2-4 ਦਿਨ ਲੈ ਕੇ ਗਈ ਪਹਿਲਾਂ। 8-9 ਮਹੀਨੇ ਨਹੀਂ ਹੋ ਗਏ? ਨਹੀਂ, ਉਹ 15-20 ਦਿਨ ਆਉਂਦੀ ਸੀ, ਇਹ ਪੈਸੇ ਦਿੰਦੇ ਖਰਚਾ, ਉਹਦਾ ਖਰਚਾ ਲੈ ਦਿੰਦੇ ਸੀ। ਉਹਦੇ ਨਾਲ ਗੱਲਬਾਤ ਹੁੰਦੀ ਹੈ ਜੀ?
ਅੰਮ੍ਰਿਤਪਾਲ ਨਾਲ ਦੋਵਾਂ ਜੀਆਂ ਦੀ ਬਾਕੀ ਕੋਈ ਮਤਲਬ ਨਹੀਂ। ਕਿਤੇ ਪੂਰਾ ਜਿਹੜਾ ਸ਼ੱਕ ਦੀ ਸੂਈ ਹੈ ਉਹ ਹੁਣ ਅੰਮ੍ਰਿਤਪਾਲ ਸਿੰਘ ਦੀ ਪਤਨੀ ਵਾਲੇ ਪਾਸੇ ਜਾਂਦੀ ਹੋਈ ਨਜ਼ਰ ਆ ਰਹੀ ਹੈ, ਕਿਉਂਕਿ ਜੋ ਅੰਮ੍ਰਿਤਪਾਲ ਸਿੰਘ ਵੱਲੋਂ ਜਿਹੜੀ ਆਪਣੀ ਭਾਬੀ ਦਾ ਔਰ ਛੋਟੇ ਬੱਚੇ ਦਾ ਕਤਲ ਕੀਤਾ ਗਿਆ ਤਾਂ ਉਸਦੇ ਜਿਹੜੇ ਪਰਿਵਾਰਕ ਮੈਂਬਰ ਨੇ, ਜੋ ਅੰਮ੍ਰਿਤਪਾਲ ਦੀ ਭਾਬੀ ਦਾ ਪੇਕਾ ਪਰਿਵਾਰ ਹੈ, ਉਹ ਸਿੱਧੇ ਤੌਰ 'ਤੇ ਇਹ ਮੰਗ ਕਰ ਰਿਹਾ ਕਿ ਪੁਲਿਸ ਵੱਲੋਂ ਪ੍ਰੋਪਰ ਇਨਵੈਸਟੀਗੇਸ਼ਨ ਜਿਹੜੀ ਹੈ ਉਹ ਕੀਤੀ ਜਾਣੀ ਚਾਹੀਦੀ ਹੈ, ਕਿਉਂਕਿ ਸ਼ੱਕ ਦੀ ਸੂਈ ਕਿਤੇ ਨਾ ਕਿਤੇ ਉਸਦੀ ਪਤਨੀ 'ਤੇ ਵੀ ਜਾ ਰਹੀ ਹੈ। ਕਿਉਂਕਿ ਜਿਸ ਤਰ੍ਹਾਂ ਅੰਮ੍ਰਿਤਪਾਲ ਦੇ ਪਿਤਾ ਨੇ ਵੀ ਕਿਹਾ ਕਿ ਉਹ ਆਪਸ ਦੇ ਵਿੱਚ ਫੋਨ ਦੇ ਉੱਤੇ ਅਕਸਰ ਗੱਲਬਾਤ ਕਰਦੇ ਸੀ, ਔਰ ਜਿਹੜੀ ਇਹ ਗੱਲ ਸਾਹਮਣੇ ਆਈ ਸੀ ਕਿ ਪਿਛਲੇ 8 ਮਹੀਨਿਆਂ ਤੋਂ ਉਹ ਆਪਣੇ ਪੇਕੇ ਘਰ ਦੇ ਵਿੱਚ ਰਹਿ ਰਹੀ ਹੈ, ਤਾਂ ਉਸ ਨੂੰ ਲੈ ਕੇ ਵੀ ਹੁਣ ਨਵੇਂ ਜਿਹੜੇ ਸਵਾਲ ਨੇ ਉਹ ਉੱਠਣੇ ਸ਼ੁਰੂ ਹੋਏ ਨੇ। ਔਰ ਇਹ ਵੀ ਗੱਲ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਖੁਦ ਕਹੀ ਹੈ ਕਿ ਫੋਨ ਦੇ ਉੱਤੇ ਦੋਵੇਂ ਜਿਹੜੇ ਮੀਆਂ ਬੀਵੀ ਨੇ ਆਪਸ ਦੇ ਵਿੱਚ ਲਗਾਤਾਰ ਸੰਪਰਕ ਦੇ ਵਿੱਚ ਰਹਿੰਦੇ ਸੀ, ਪਰ ਇਸ ਵੇਲੇ 70 ਵਿਸ਼ੇ ਹੋਏ ਨੇ। ਤੁਸੀਂ ਦੇਖ ਸਕਦੇ ਹੋ ਕਿ ਦੁਖੀ ਪਰਿਵਾਰ ਸਾਰਾ। ਤਾਂ ਇਹੀ ਸਭ ਤੋਂ ਵੱਡੀ ਮੰਗ ਹੈ ਕਿ ਉਹਨਾਂ ਦਾ ਕਹਿਣਾ ਕਿ ਪੂਰੀ ਪਲੈਨਿੰਗ ਦੇ ਨਾਲ ਇਹ ਸਭ ਕੁਝ ਕੀਤਾ ਗਿਆ, ਔਰ ਇਸ ਦੇ ਵਿੱਚ ਕਿਤੇ ਨਾ ਕਿਤੇ ਸਭ ਤੋਂ ਵੱਡਾ ਹੱਥ ਅੰਮ੍ਰਿਤਪਾਲ ਸਿੰਘ ਦੀ ਪਤਨੀ ਦਾ ਵੀ ਹੈ, ਕਿਉਂਕਿ ਉਸਦੇ ਜਿਹੜੇ ਬਿਆਨ ਨੇ ਉਹ ਕਿਤੇ ਨਾ ਕਿਤੇ ਆਪਸ ਦੇ ਵਿੱਚ ਮੇਲ ਨਹੀਂ ਖਾ ਰਹੇ। ਔਰ ਅੰਮ੍ਰਿਤਪਾਲ ਸਿੰਘ ਦੇ ਪਿਤਾ ਨੇ ਵੀ ਇਹ ਗੱਲ ਕਹੀ ਹੈ ਕਿ ਇੱਕ ਭੈਣ ਜੀ, ਹੁਣ ਅੰਮ੍ਰਿਤਪਾਲ ਦੇ ਪਿਤਾ ਨਾਲ ਅਸੀਂ ਗੱਲ ਕੀਤੀ, ਉਹ ਵੀ ਕਹਿ ਰਿਹਾ ਕਿ ਦੋਵੇਂ ਮੀਆਂ ਬੀਵੀ ਆਪਸ ਦੇ ਵਿੱਚ ਫੋਨ 'ਤੇ, ਔਰ 8 ਮਹੀਨੇ ਵਾਲੀ ਉਹਨੂੰ ਪੁੱਛੋ, ਉਹ ਬੈਠੋ ਉਹਨੂੰ ਪੁੱਛੋ ਉਹ ਕਿਉਂ ਕਲੇਸ਼ ਕਿਉਂ ਕਰਦੀ ਸੀ, ਕਿਉਂ ਗਈ ਸੀ ਘਰ ਛੱਡ ਕੇ, ਫਿਰ ਘਰ ਛੱਡ ਕੇ ਦਾ ਮਤਲਬ ਹੁੰਦਾ ਤਲਾਕ, ਉਹਨੇ ਕਿਉਂ ਨਹੀਂ ਸਭ ਕੁਛ ਛੱਡ ਦਿੱਤਾ, ਮਤਲਬ ਇਹ ਸਭ ਕੁਛ ਕਰਨ ਲਈ ਉਹਨੇ ਨਹੀਂ, ਆਹ ਵੇਖੀ ਪਿੱਛੇ ਅਸੀਂ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ, ਜੇ ਉਹਨਾਂ ਨੂੰ ਮਾਰਿਆ ਤੇ ਆਪ ਹੀ ਉੱਥੇ ਨਸ਼ੇ ਦੇ ਵਿੱਚ ਮਰ ਜਾਂਦਾ, ਗੱਲਬਾਤ ਜ਼ਰੂਰ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਕਿਉਂਕਿ ਇਲਜ਼ਾਮ ਉਹਨਾਂ ਦੇ ਉੱਤੇ ਲੱਗ ਰਹੇ ਨੇ। ਭੈਣ ਜੀ, ਇਸ ਵੇਲੇ ਪੂਰਾ ਪਰਿਵਾਰ ਦੁੱਖ ਦੇ ਵਿੱਚ, ਪਰ ਹੁਣ ਤੁਹਾਡੇ ਤੇ ਇਲਜ਼ਾਮ ਲੱਗ ਰਿਹਾ, ਕੀ ਕਹਿਣਾ ਚਾਹੋ? ਮੈਂ ਕੁਝ ਨਹੀਂ ਕਹਿ ਸਕਦੀ, ਮੇਰਾ ਪਰਿਵਾਰ ਮੁੱਦਾ ਹੋ ਗਿਆ, ਮੇਰਾ ਸਾਰਾ ਪਰਿਵਾਰ ਮੁੱਦਾ ਹੋ ਗਿਆ ਮੇਰਾ। ਕਹਿੰਦੇ ਤੁਹਾਡੇ ਘਰ ਦੋ ਧੀਆਂ ਸੀ, ਇਸ ਕਰਕੇ ਤੁਸੀਂ ਆਪਣੇ ਪਤੀ ਨੂੰ ਅਕਸਰ ਕੋਈ ਨਾ ਕੋਈ ਗੱਲ ਜਿਹੜੀ ਸੁਣਾਉਂਦੇ ਸੀ, ਇਸੇ ਕਰਕੇ ਤੁਸੀਂ ਇਹ ਸਾਰੀ ਲੜਾਈ ਜਿਹੜੀ ਸ਼ੁਰੂ? ਮੇਰਾ ਕੋਈ, ਮੈਂ ਕੁਝ ਨਹੀਂ ਸੁਣਾਇਆ, ਮੇਰੀ ਤੇ ਗੱਲ ਵੀ ਨਹੀਂ ਹੁੰਦੀ ਉਹਨਾਂ ਨਾਲ, ਨਾ ਮੈਨੂੰ ਉਹ ਫੋਨ ਕਰ ਦਿੰਦੇ, ਨਾ ਉਹ ਧੀਆਂ ਦੀ ਬਾਤ ਪੁੱਛਦੇ ਹੁੰਦੇ ਵੀ ਮੇਰੀਆਂ ਧੀਆਂ ਕਿੱਥੇ ਆ, ਕੀ ਕਰਦੀਆਂ ਵਾ। ਪੂਰੀ ਵਾਰਦਾਤ ਹੋਈ ਉਸ ਤੋਂ ਪਹਿਲਾਂ ਜਾਂ ਬਾਅਦ ਚ ਤੁਹਾਨੂੰ ਫੋਨ ਕੀਤਾ? ਨਾ ਮੈਨੂੰ ਉਹਨਾਂ ਨੇ ਫੋਨ ਨਹੀਂ ਕੀਤਾ, ਉਹਨਾਂ ਨੇ ਮੈਨੂੰ, ਮੈਂ 5 ਦਿਨ ਪਹਿਲਾਂ ਗੱਲ ਹੋਈ, ਉਹ ਵੀ ਵਕੀਲ ਦਾ ਨੰਬਰ ਲਿਆ ਵੀ ਚਾਚੇ ਨਾਲ ਮੇਰੀ ਉਹਨੇ ਗੱਲ ਕਰਾਈ, ਕਹਿੰਦਾ ਵਕੀਲ ਦੇ ਇੰਨੀ 10 ਤਰੀਕ ਪਾਈ ਆ, ਵਕੀਲ ਨੇ ਇੰਨੀ ਤਰੀਕ ਨੂੰ ਜਾਣਾ ਆ, ਕੇਸ ਖਤਮ ਕਰਨਾ ਆ, ਉਹਨੇ ਹੋਰ ਕੋਈ ਗੱਲ ਨਹੀਂ ਕੀਤੀ। ਏਦਾਂ ਦੀ ਗੱਲ ਨਹੀਂ ਕਹੀ ਕਿ ਮੈਂ ਪਰਿਵਾਰ ਦੇ ਵਿੱਚ ਰਹਿ ਰਿਹਾ ਵਾਂ ਜਾਂ ਮੇਰਾ ਮਾਂ ਨਾਲ ਜਾਂ ਆਪਣੀ ਭਾਬੀ ਨਾਲ ਛੋਟੇ ਬੱਚੇ ਨਾਲ ਕੋਈ ਕਿਸੇ ਗੱਲ? ਮੈਨੂੰ ਕਦੀ ਕੋਈ ਗੱਲ ਦੱਸੀ ਨਹੀਂ, ਮੈਨੂੰ ਤਾਂ ਸਾਲ ਹੋ ਗਿਆ ਉੱਥੇ ਗਈ ਨੂੰ, ਮੈਂ ਤਾਂ ਮਗਰੋਂ ਮੈਨੂੰ ਨਾ ਕੋਈ ਦੱਸਦੇ ਆ ਵੀ ਕੀ ਹੋਣ ਡਿਆ, ਕੀ ਝਗੜਾ ਹੋਇਆ ਜਾਂ ਕੁਛ ਹੋਇਆ, ਮੈਨੂੰ ਕਦੀ ਕੁਛ ਨਹੀਂ ਦੱਸਿਆ। ਮੈਨੂੰ ਕਹਿ ਰਹੇ ਹੋ ਕਿ ਮੈਨੂੰ ਕਈ ਮਹੀਨੇ ਕਈ ਸਾਲ ਹੋ ਗਏ, ਬਾਕੀ ਪਰਿਵਾਰ ਦੇ ਮੈਂਬਰ ਕਹਿ ਰਹੇ ਕਿ 8-10 ਦਿਨ ਪਹਿਲਾਂ ਵੀ ਤੁਸੀਂ ਇੱਥੇ ਆਏ? ਨਾ ਨਾ ਮੈਂ ਨਹੀਂ ਆਈ, ਮੈਂ 2 ਮਹੀਨੇ ਪਹਿਲਾਂ ਆਈ ਸੀਗੀ, ਮੈਂ ਆਪਣੀ 2 ਮਹੀਨੇ ਪਹਿਲਾਂ ਬੇਟੀ ਖੜੀ ਵੱਡੀ, ਉਦੋਂ ਮੇਰੇ ਡੈਡੀ ਜੀ ਇੱਥੇ ਆਏ ਹੋਏ ਸੀ, ਛੁੱਟੀ ਆਏ ਹੋਏ ਸੀ, ਅਤੇ ਮੈਂ ਉਹਨਾਂ ਨੂੰ ਮਿਲਣ ਆਈ ਸੀ, ਨਾਲੇ ਮੈਂ ਆਪਣੀ ਕੁੜੀ ਉਹਨਾਂ ਤੋਂ ਪਹਿਲਾਂ ਹੀ ਲੈ ਕੇ ਗਈ ਹੋਈ ਸੀ 2 ਮਹੀਨੇ ਪਹਿਲਾਂ, ਮੈਂ ਤਾਂ 2 ਮਹੀਨੇ ਪਹਿਲਾਂ ਐਡਮਿਸ਼ਨ ਕਰਾਈ ਵੱਡੀ ਕੁੜੀ ਦੀ, ਉੱਤੇ ਦਾਨ ਕੇ ਆਪਣੇ ਦਾਸ ਨਸ਼ੇ ਵਾਲੀ ਗੱਲ ਕਹੀ ਜਾ ਰਹੀ ਹੈ, ਨਸ਼ਾ ਕਰਦਾ ਸੀ ਪਤੀ ਤੋਂ? ਨਸ਼ਾ ਕਰਦਾ ਸੀ, ਉਹ ਕਰਦਾ ਸੀਗਾ ਨਸ਼ਾ, ਸਾਰੇ ਲੋਕ ਕਹਿ ਰਹੇ ਕਿ ਨਸ਼ਾ ਕਰ, ਨਸ਼ੇ ਤੋਂ ਤੰਗ ਹੋ ਗਏ ਤੇ ਮੈਂ ਉਹਦੇ ਕੋਲ ਇੱਥੋਂ ਗਈ ਆ, ਕਿ ਕੋਈ ਕੰਮ ਨੀ, ਕੋਈ ਕਾਰ ਨੀ, ਵਿਹਲਾ ਬੈਠਾ ਹੁੰਦਾ ਸੀਗਾ, ਕੋਈ ਕੰਮ ਨੀ ਕਰਦਾ, ਉਹਦੇ ਉੱਤੋਂ ਦੁਖੀ ਹੋ ਗਏ ਤੇ ਮੈਂ ਇੱਥੋਂ ਗਈ ਆ, ਸਾਲ ਹੋ ਗਿਆ ਮੈਨੂੰ ਤੰਗ ਪਰੇਸ਼ਾਨ,
ਮੈਨੂੰ ਤੰਗ ਪਰੇਸ਼ਾਨ ਨਹੀਂ ਸੀ ਗੱਲ, ਮੈਨੂੰ ਪੈਸਾ ਨਹੀਂ ਧੇਲਾ ਨਹੀਂ ਆਉਂਦਾ ਹੁੰਦਾ, ਮੈਂ ਕੋਈ ਕੰਮ ਨਹੀਂ ਕਰਨਾ, ਮੈਨੂੰ ਵੀ ਧਮਕੀ ਦਿੰਦਾ ਹੁੰਦਾ ਤੂੰ ਧੀਆਂ ਲੈ ਕੇ ਮਰ ਜਾ, ਤੂੰ ਵੀ ਮਰ ਜਾ, ਮੈਂ ਨਹੀਂ ਕੁਛ ਕਮਾਈ ਕਰਨੀ, ਮੈਂ ਨਹੀਂ ਕਮਾਈ ਕਰਨੀ ਕਹਿੰਦਾ। ਤਾਈ ਵਾਸਤੇ, ਤਾਏ ਵਾਸਤੇ ਆਪਣੇ ਭਤੀਜੇ ਜਿਹੜੇ ਨੇ ਬਹੁਤ ਪਿਆਰੇ ਹੁੰਦੇ ਆਪਣੇ, ਤੇ ਤੁਹਾਡੀਆਂ ਬੇਟੀਆਂ ਸੀ ਬੇਟਾ, ਜਿਵੇਂ ਮਾਂ ਹੀ ਮੈਨੂੰ ਮਾਂ ਕਹਿੰਦਾ ਹੁੰਦਾ, ਮੰਮਾ ਕਹਿੰਦਾ ਹੁੰਦਾ, ਉਹਨੂੰ ਪਾਪਾ ਕਹਿੰਦਾ ਹੁੰਦਾ, ਪਾਪਾ ਨੇ ਆਪਣੇ ਹੱਥੀ ਪੁੱਤ ਨੂੰ ਮਾਰ ਦਿੱਤਾ, ਮੈਨੂੰ ਮੰਮਾ ਕਹਿੰਦਾ ਹੁੰਦਾ, ਮੇਰਾ ਪੁੱਤ ਮਾਰ ਦਿੱਤਾ ਉਹਨੇ, ਮੇਰਾ ਪੁੱਤ ਮਾਰ ਦਿੱਤਾ ਉਹਨੇ ਕੰਜਰ ਨੇ, ਮੇਰਾ ਪੁੱਤ ਮਾਰ ਦਿੱਤਾ, ਮੈਂ ਕੀ ਕਰਾਂ, ਮੈਂ ਕੀ। ਜਦੋਂ ਇਹ ਪਤਾ ਲੱਗਾ, ਦੁੱਖ ਤਾਂ ਲਾਜ਼ਮੀ ਤੌਰ ਤੇ ਜਿਸ ਤਰ੍ਹਾਂ ਬਾਕੀ ਵੀ ਪਰਿਵਾਰ ਤੁਸੀਂ ਵੇਖ ਰਹੇ ਹੋ ਰੋ ਰਿਹਾ ਸਾਰਾ, ਜਿੰਨਾ ਭੈਣਾਂ ਨੇ ਆਪਣੀ ਛੋਟੀ ਭੈਣ ਨੂੰ ਧੀਆਂ ਵਾਂਗੂ ਪਾਲਿਆ ਸੀ, ਅੱਜ ਉਹ ਵੀ ਨੇ ਇਸ ਦੁਨੀਆ, ਮੇਰੀ ਭੈਣ ਹੀ, ਮੇਰੀ ਨਿੱਕੀ ਭੈਣ ਹੀ, ਉਹ ਪਿਆਰ ਸੀ ਉਹਦੇ ਨਾਲ, ਬੜਾ ਪਿਆਰ ਮੇਰੇ ਨਾਲ, ਤੇ ਕਦੀ ਉਹਨੇ ਵੱਧ ਘੱਟ ਗੱਲ ਨਹੀਂ ਕੀਤੀ, ਨਾ ਮੈਂ ਕਦੀ ਕੀਤੀ, ਮੇਰਾ ਬੜਾ ਹੀ ਪਿਆਰ ਹੀ ਉਹਦੇ ਨਾਲ, ਇੰਨਾ ਇਹ ਸਗੋਂ ਉਹਨੂੰ ਕਹਿੰਦਾ ਹੁੰਦਾ ਸੀਗਾ ਏਦਾਂ ਉੱਦਾਂ, ਮੈਨੂੰ ਕਹਿੰਦੀ ਦੀਦੀ ਮੈਂ ਤੁਹਾਡੇ ਕਰਕੇ ਚੋਪਿਆ, ਦੀਦੀ ਮੈਂ ਤੁਹਾਡੇ ਕਰਕੇ ਚੋਪਿਆ। ਤੁਸੀਂ ਮੰਗ ਕਰਦੇ ਹੋ ਕਿ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ? ਸਜ਼ਾ ਹੋਣੀ ਚਾਹੀਦੀ ਭਾਜੀ, ਇਸ ਤੋਂ ਵੱਧ ਕੇ ਕੀ ਸਪਾਹੀ ਨੂੰ ਸਜ਼ਾ ਹੋਣੀ। ਸਭ ਤੋਂ ਵੱਡੀ ਗੱਲ, ਉਹਨੇ ਤਿੰਨ ਜ਼ਿੰਦਗੀਆਂ ਨਹੀਂ ਬਲਕਿ ਉਹਨੇ ਦੋ ਪਰਿਵਾਰ ਖਤਮ ਕਰਤੇ, ਤੁਹਾਡਾ, ਤੁਹਾਡੀਆਂ ਧੀਆਂ ਦਾ ਫਿਊਚਰ ਜਿਹੜਾ ਉਹ ਵੀ ਇੱਕ ਤੁਹਾਨੂੰ ਲੱਗਦਾ ਕਿ ਖਤਮ ਹੋ ਚੁੱਕਾ? ਭਾਜੀ ਮੇਰੀਆਂ ਧੀਆਂ, ਮੇਰੇ ਧੀਆਂ, ਮੇਰਾ ਫੋਨ ਚੈੱਕ ਕਰ ਦੋ, ਕਹਿ ਰਹੇ ਤੁਸੀਂ ਕਹੋਗੇ ਕਿ ਹਾਂ ਤੁਹਾਡੀ ਆਪਸ ਜਿਹੜੀ ਗੱਲਬਾਤ ਉਹ ਚੈੱਕ ਹੋਵੇ, ਪੁਲਿਸ ਇਨਵੈਸਟੀਗੇਸ਼ਨ ਜੀ ਹੋਣੀ ਚਾਹੀਦੀ, ਹੋਣੀ ਚਾਹੀਦੀ, ਜਦੋਂ ਮੈਂ ਗਲਤ ਨਹੀਂ, ਮੇਰਾ ਫੋਨ ਚੈੱਕ ਹੋਣਾ ਚਾਹੀਦਾ ਵਾ, ਮੇਰਾ ਹੋਣਾ ਚਾਹੀਦਾ ਫੋਨ ਚੈੱਕ। ਬਿਲਕੁਲ ਸਿੱਧੇ ਤੌਰ ਤੇ ਜਿੱਥੇ ਇੱਕ ਪਾਸੇ ਜੋ ਪਰਵੀਤ ਹੈ ਜੋ ਕਿ ਇਸ ਵੇਲੇ ਇਸ ਦੁਨੀਆਂ ਦੇ ਵਿੱਚ ਨਹੀਂ ਹੈ, ਉਸਦਾ ਛੋਟਾ ਬੱਚਾ ਜਿਸਦਾ ਬੇਰਹਿਮੀ ਦੇ ਨਾਲ ਕਤਲ ਹੋਇਆ, ਤਾਂ ਉਹ ਨਾਰਾਜ਼ਗੀ ਜ਼ਾਹਿਰ ਕਰ ਰਿਹਾ ਪਰਿਵਾਰ, ਜਦਕਿ ਦੂਸਰੇ ਪਾਸੇ ਜੋ ਅੰਮ੍ਰਿਤਪਾਲ ਸਿੰਘ ਦਾ ਪਿਤਾ ਹੈ ਉਸਨੇ ਸਿੱਧੇ ਤੌਰ 'ਤੇ ਇਹ ਗੱਲ ਨਕਾਰੀ ਹੈ ਕਿ ਉਹ ਨਸ਼ਾ ਨਹੀਂ ਸੀ ਕਰਦਾ, ਜਦਕਿ ਉਸਦੀ ਪਤਨੀ ਇਹ ਗੱਲ ਕਹਿ ਰਹੀ ਹੈ ਕਿ ਨਸ਼ੇ ਕਰਕੇ ਹੀ ਘਰ ਦੇ ਵਿੱਚ ਕਲੇਸ਼ ਰਹਿੰਦਾ ਸੀ। ਤਾਂ ਇਸ ਵੇਲੇ ਇੱਕ ਨਵਾਂ ਮੋੜ ਇਸ ਪੂਰੇ ਮਾਮਲੇ ਦੇ ਵਿੱਚ ਆਇਆ, ਔਰ ਪੂਰੀ ਦੁਨੀਆ ਭਰ ਦੇ ਵਿੱਚ ਜਿਸ ਕਿਸੇ ਨੇ ਵੀ ਇਹ ਖਬਰ ਸੁਣੀ ਉਹ ਝੰਜੋੜਿਆ ਵੀ ਗਿਆ, ਉਸਦੇ ਪੈਰਾਂ ਹੇਠੋਂ ਜ਼ਮੀਨ ਵੀ ਖਿਸਕੀ, ਔਰ ਹਰ ਕੋਈ ਹੁਣ ਮੰਗ ਵੀ ਕਰ ਰਿਹਾ ਕਿ ਪਰਿਵਾਰ ਨੂੰ ਇਨਸਾਫ ਮਿਲਣਾ ਚਾਹੀਦਾ। ਤਾਂ ਹੁਣ ਪਰਿਵਾਰ ਦੀ ਇਹੀ ਮੰਗ ਹੈ ਕਿ ਇਸ ਪੂਰੇ ਮਾਮਲੇ ਦੀ ਪ੍ਰੋਪਰ ਇਨਵੈਸਟੀਗੇਸ਼ਨ ਕਰਕੇ ਜੋ ਵੀ ਇਸ ਮਾਮਲੇ ਦੇ ਵਿੱਚ ਦੋਸ਼ੀ ਪਾਇਆ ਜਾਂਦਾ, ਚਾਹੇ ਉਹ ਅੰਮ੍ਰਿਤਪਾਲ ਸਿੰਘ ਦੀ ਪਤਨੀ ਹੈ ਜਾਂ ਕੋਈ ਹੋਰ ਹੈ, ਤਾਂ ਉਹਨਾਂ ਸਾਰਿਆਂ ਨੂੰ ਸਲਾਖਾਂ ਦੇ ਪਿੱਛੇ ਜ਼ਰੂਰ ਕਰਨਾ ਚਾਹੀਦਾ। ਤਾਂ ਇਹ ਇਸ ਵੇਲੇ ਤਾਜ਼ਾ ਹਾਲਾਤ ਨੇ ਉਸ ਪਿੰਡ ਦੇ ਜਿੱਥੇ 3 ਦਿਨ ਪਹਿਲਾਂ ਇੱਕ ਬਹੁਤ ਹੀ ਮੰਦਭਾਗੀ ਔਰ ਦਰਦਨਾਕ ਜਿਹੜੀ ਘਟਨਾ ਹੈ ਉਹ ਵਾਪਰੀ ਸੀ। ਤਾਂ ਇਸ ਵੇਲੇ ਪਰਿਵਾਰ ਨਾਰਾਜ਼ਗੀ ਜ਼ਾਹਿਰ ਕਰਦਾ ਹੋਇਆ ਨਜ਼ਰ ਆ ਰਿਹਾ।